ਦੀ ਸਰਕਾਰ ਪੇਂਡੂ ਡਾਕ ਕਰਮਚਾਰੀ। ਬਠਿੰਡਾ ਦੇ ਡਾਕਘਰ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ, ਜਿਸ ਦਾ ਅੱਜ ਤੀਜਾ ਦਿਨ ਬੀਤ ਗਿਆ। ਇਸ ਮੌਕੇ ਪੋਸਟ ਆਫਿਸ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਦੀਆਂ ਕਈ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਨ੍ਹਾਂ 'ਚੋਂ ਨਾ ਤਾਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਹੈ ਅਤੇ 10 ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਤਰੱਕੀ ਵੀ ਨਹੀਂ ਕੀਤੀ ਜਾ ਰਹੀ। ਪਰ ਲਗਾਤਾਰ ਤੀਜੇ ਦਿਨ ਜਾਰੀ ਰਹੀ ਹੜਤਾਲ ਦਾ ਵੀ ਕੇਂਦਰ ਸਰਕਾਰ 'ਤੇ ਕੋਈ ਅਸਰ ਨਹੀਂ ਪਿਆ ਲੱਗਦਾ। ਸਰਕਾਰ ਕੋਈ ਮੰਗ ਪੂਰੀ ਨਹੀਂ ਕਰ ਰਹੀ, ਜਿਸ ਕਾਰਨ ਪੋਸਟ ਆਫਿਸ ਕਰਮਚਾਰੀਆਂ ਨੇ ਕਿਹਾ ਕਿ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ। ਡਾਕਘਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਹੇਗਾ। ਬਠਿੰਡਾ ਤੋਂ ਨਰੇਸ਼ ਸ਼ਰਮਾ ਅਤੇ ਸਵਰੀਤ ਕੌਰ ਦੀ ਰਿਪੋਰਟ। ਜਿਹੜੀ ਹੜਤਾਲ ਚੱਲ ਰਹੀ ਹੈ, ਅੱਜ ਤੀਜੇ ਦਿਨ ਦੇ ਵਿੱਚ ਇਹ ਦਾਖਲ ਹੋ ਚੁੱਕੀ ਹੈ ਔਰ ਇਹਦਾ ਹੜਤਾਲ ਕਰਨ ਦਾ ਸਾਡਾ ਮਕਸਦ ਸੀਗਾ ਕਿ ਜਿਹੜੀ ਸਾਡੀ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਸੀਗੀ ਉਹ ਸਾਡੀ ਇਹ ਜਿਹੜੀ ਇੰਡੀਆ ਦੀ ਗੌਰਮੈਂਟ ਹੈ ਉਹਨੇ ਅੱਧੀ ਅਧੂਰੀ ਹੀ ਲਾਗੂ ਕੀਤੀ ਹੈ, ਜਿਸ ਦੇ ਵਾਸਤੇ ਸਾਨੂੰ ਦੁਬਾਰਾ ਸਟ੍ਰਾਈਕ ਦੇ ਉੱਤੇ ਜਾਣਾ ਪਿਆ ਔਰ ਕੇਂਦਰੀ ਕਮੇਟੀ ਦੇ ਸੱਦੇ ਦੇ ਉੱਤੇ ਜੋ ਕਿ ਸਾਡੇ ਜਨਰਲ ਸੈਕਟਰੀਆਂ ਨੇ ਅੱਜ ਤੋਂ 3 ਮਹੀਨੇ ਪਹਿਲਾਂ ਸਰਕਾਰ ਦੇ ਨਾਲ ਵਾਰਤਾਲਾਪ ਕਰਕੇ ਨੋਟਿਸ ਦੇ ਕੇ ਬਾਕਾਇਦਾ ਉਹਨਾਂ ਨੂੰ ਪੂਰੇ ਕਾਨੂੰਨ ਦੇ ਤਹਿਤ ਅਸੀਂ ਹੜਤਾਲ ਕੀਤੀ ਹੈ ਔਰ 10 ਤਰੀਕ ਨੂੰ ਸਾਡੀ ਜੋ ਮੀਟਿੰਗ ਹੋਈ ਸੀਗੀ ਪੋਸਟਲ ਸੈਕਟਰੀ ਪੋਸਟ ਦੇ ਨਾਲ ਔਰ DGP ਔਰ ਉਹਨਾਂ ਦੇ ਮੈਂਬਰਾਂ ਦੇ ਨਾਲ ਮੈਂਬਰਾਂ ਦੇ ਨਾਲ ਜੋ ਮੀਟਿੰਗ ਹੋਈ ਉਸਦੇ ਵਿੱਚ ਇਸ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਕਾਫੀ ਸਾਡੇ ਚਰਚਾਵਾਂ ਹੋਈਆਂ ਲੈ ਕੇ ਤੁਸੀਂ ਤਾਂ ਲਾਇਆ ਸਾਡੀਆਂ ਮੇਨ ਮੰਗਾਂ ਹੈਗੀਆਂ ਜੀਆਂ ਜਿਹੜੀਆਂ ਕਮਲੇਸ਼ ਚੰਦਰਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਜਿਹੜੀਆਂ ਉਹਦੀਆਂ ਸਿਫਾਰਸ਼ਾਂ ਸੀਗੀਆਂ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਗਈਆਂ। ਜਿਹਦੇ ਵਿੱਚ ਸਾਡੀ ਮੇਨ ਮੰਗ ਹੈਗੀ ਹੈ ਕਿ ਜਿਹੜੀ ਸਾਡੀ 1/16 ਤੋਂ ਜਿਹੜਾ ਪੇ ਕਮਿਸ਼ਨ ਬਣਿਆ ਸੀ 1/16 ਤੋਂ ਲਾਗੂ ਹੋਣਾ ਸੀਗਾ ਪਰ ਲੇਕਿਨ ਇਹਨਾਂ ਨੇ 1/7/2018 ਤੋਂ ਉਹਨੂੰ ਲਾਗੂ ਕੀਤਾ ਜੋ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੈ ਔਰ ਦੂਸਰੀ ਸਾਡੀ ਜਿਹੜੀ ਗ੍ਰੈਜੂਟੀ ਸਾਨੂੰ ਕਮਲੇਸ਼ ਚੰਦਰਾ ਦੀ ਕਮੇਟੀ ਨੇ ਕੀਤੀ ਸੀਗੀ 5 ਲੱਖ ਰੁਪਇਆ ਪਰ ਇਹਨਾਂ ਨੇ ਤੋੜ ਮਰੋੜ ਕਰਕੇ ਪੇਸ਼ ਕਰਕੇ ਸਾਨੂੰ 1.5 ਲੱਖ ਰੁਪਇਆ ਜਿਹੜੀ ਉਹ ਗ੍ਰੈਜ ਕੀਤੀ ਔਰ ਜਿਹੜੇ ਸਾਡੇ ਸੀਨੀਅਰ GDS ਸਾਥੀ ਨੇ ਜਿਹਨਾਂ ਨੂੰ ਅੱਜ 25-25-30-30 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ ਔਰ ਉਹਨਾਂ ਨੂੰ ਕੋਈ ਵੀ MACP ਜਿਹਨੂੰ ਕਿ ਅਸੀਂ ਤਰੱਕੀ ਕਿਹਾ ਜਾਂਦਾ ਹੈ ਕਿ 10 ਸਾਲ ਜਾਂ 12 ਸਾਲ ਬਾਅਦ ਉਹਨੂੰ ਤਰੱਕੀ ਦੇ ਤੌਰ 'ਤੇ ਐਗਰੀਮੈਂਟ ਦਿੱਤਾ ਜਾਂਦਾ ਹੈ ਉਹ ਵੀ ਸਾਡੀ ਜਿਹੜੀ ਗੌਰਮੈਂਟ ਨੇ ਉਹ ਜਿਹੜੀ ਸਾਡੀ ਮੰਗ ਹੈ ਉਹ ਬਿਲਕੁਲ ਨਹੀਂ ਮੰਗੀ ਔਰ ਕਿਨਾਰੇ ਕਰ ਰੱਖੀ ਹੈ ਉਹਦੇ ਲਈ ਲਾਰੇ ਲੱਪੇ ਲਾਈ ਜਾਂਦੇ ਕਿ ਅੱਜ ਕਰ ਦਿਆਂਗੇ ਕੱਲ੍ਹ ਕਰ ਦਿਆਂਗੇ। ਜੇ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਹੋ ਜਾਂ ਪੂਰੀਆਂ ਹੁੰਦੀਆਂ ਤਾਂ ਅੱਗੇ ਸੰਘਰਸ਼ ਸਾਡਾ ਜਿਹੜਾ ਇਹ ਅਨਿਸ਼ਚਿਤਕਾਲੀਨ ਜਿਹੜੀ ਸਾਡੀ ਇਹ ਹੜਤਾਲ ਹੈਗੀ ਅਣਮਿੱਥੇ ਸਮੇਂ ਦੇ ਲਈ ਹੈ ਔਰ ਤੀਸਰੇ ਦਿਨ ਦੇ ਵਿੱਚ ਇਹ ਜਿਹੜੀ ਚੱਲ ਰਹੀ ਹੈ ਔਰ ਅਸੀਂ ਇਹਨੂੰ ਜਦ ਤੱਕ ਸਾਡੀਆਂ ਜਿਹੜੀਆਂ ਇਹ ਹੱਕੀ ਮੰਗਾਂ ਨੇ ਤੇ ਕਮਲੇਸ਼ ਚੰਦਰਾ ਦੀ ਰਿਪੋਰਟ ਹੈ ਜਿਹੜੀ ਪੂਰੀ ਤਰ੍ਹਾਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਜਿਹੜਾ ਸੰਘਰਸ਼ ਹੈ ਜਿਹੜਾ ਲਗਾਤਾਰ ਸਾਡਾ ਜਾਰੀ ਹੈ।